हाँ जी चाओ साहब, ते अज असी पढ़ांगे चैप्टर नंबर 2, ते जिथे असी पिछले छड्डिया सी 66 असी खत्म किया सी, 67 दा शुरू करांगे। 67 नंबर 67 नंबर पेज ते, ठीक है, जिहड़ा है कुरवा परिकलोज होता है, इस तरह खतरनाक कुरवा सज्जे नूं, खतरनाक कुरवा जिहड़ा सज्जे नूं, ठीक है, जिहड़े कि असी इस नूं दबाया होया पहले, ठीक है, ते यानी कि सोल्यूशन निकलिया होया कोई ज़्यादा, Il segnale raffigurato preannuncia una curva pericolosa a destra. जिवें तुसीं सुनिया कहिंदे वी सिग्नल रेफ्रिजरेटर फिर न्यू चा होना कुरवा, यकीन नहीं कुरवा जिहड़ा है, कुरवा जिहड़ा रोड दे उत्ते मोड़ जिहड़ा डिंगा पेरीकुलोज खतरनाक है, अद्ध इस तरह सज्जे ते, ठीक है। सिग्नल रेफ्रिजरेटर इस पोस्ट तो इज नॉर्मल, सिग्नल रेफ्रिजरेटर तुसीं देखण नॉर्मली सबां सवालां दे क्वेश्चन स्टार्टिंग विच ही होंदा, ठीक है। क्वेश्चन जिहड़ा अग्गे आंदी इक दो दो तीन दो चार लफ्ज़ क्वेश्चन वर्ड लफ्ज़ां दा होंदा है, ठीक है, अक्खरां दा होंदा है, जिहड़ा कि जिवें कहिंदे सिग्नल रेफ्रिजरेटर फिर नूचा उन्हें कुरवा, एक जी कुरवा है पेरिकलोज दा दसरा खतरनाक कुरवा है सज्जे था, ठीक है, कुरवा दा रोड दे उत्ते जिहड़ा डिंग पे है मोड़ पे है वेर होया, कहने सिने फिकरा तो पोस्ट तो इंदी नॉर्मल लगे हो इंदी नॉर्मली अचंत जी कहंदा मैत्री 150 मीटर अगे मैत्री दला पुंतो दी इनीजिया दला कुरवा है, उस पॉइंट तो जितने शुरू होना है कुरवा उधर कितने 150 मीटर पहले लग गया होगा, ठीक है, यानी कि इस पॉइंट तक लगे जितने 150 मीटर अगर जाके एक इनीजिया शुरू होना है कुरवा खतरनाक कुरवा वेर हो या भी कहने सिनेरे फिर तो पोए सर इंतग्रा तो उसी दिन जुड़ी हुए है, इंतग्रा तो कौन अपने लो इस दिन अपने लो एक लगी हुए है जिसे लिखे हुआ है कौन लश्करीता जिसे लिखे हुआ है तुरनाते, कहने पोए सर हो सकता है इस लगी हुए एक अपने लो जिदा जो तो लिखे हुआ स्क्रीता हुआ लिखे हुआ तुरनाते वेर हो सकता है, ਤੁਰਨਾ ਦੀ ਪਿੰਨੇ ਲੋ ਹੁੰਦੀ ਹੈ ਕਈ ਵਾਰ ਲੱਗੀ ਹੋਈ ਜਿੱਥੇ ਇੱਕ ਸੀਰੀ ਆਉਂਦੀ ਹੈ ਨਾ ਕੁਰਵੇ ਦੀ, ਇੱਕ ਤਾਂ ਹੁੰਦਾ ਹੁਣ ਇਹ ਹੁਣ ਇਕੱਲਾ ਕੁਰਵਾ ਦੱਸਦੇ ਨੇ ਵੀ ਇਕੱਲਾ ਮੋੜ ਹੈ, ਠੀਕ ਹੈ, ਜਿਸ ਟਾਈਮ ਨੋਰਮਲੀ ਮੋੜ ਦਾ ਜਿਹੜਾ ਸਾਈਨ ਬੋਰਡ ਹੁੰਦਾ ਨਾ ਕੁਰਵਾ ਪੈਰੀਕਲੋਜ਼ ਦਾ, ਸ਼ਹਿਰ ਤੋਂ ਬਾਹਰ ਜਿਹੜਾ ਕੁਰਵਾ ਪੈਰੀਕਲੋਜ਼ ਹੋ ਜਾਂਦਾ ਜਿਹੜਾ ਮੋੜ ਆਵੇਗਾ ਅਤੇ ਉਹਦਾ 150 ਮੀਟਰ ਪਹਿਲੇ ਪਾਉਂਡ ਬੋਰਡ ਆਵੇਗਾ, ਠੀਕ ਹੈ, ਹੁਣ ਜੇ ਇੱਕ ਬੋਰਡ ਪਹਿਲੇ ਇੱਕ ਇਹ ਤਾਂ ਬੋਰਡ ਲੱਗਿਆ ਹੋਇਆ 150 ਮੀਟਰ ਅੱਗੇ ਕੁਰਵਾ ਆਵੇ, ਅਗਲਾ ਮੋੜ 50 ਮੀਟਰ ਬਾਅਦ ਆ ਜਾਏ ਉਹਦੇ ਤੋਂ ਅੱਗੇ ਦੋ ਹੋਰ ਮੋੜ ਹੋਣ ਨਾਲ 50 50 ਮੀਟਰ 'ਤੇ, ਠੀਕ ਹੈ, ਅਤੇ ਉਹਦਾ ਕੀ ਲਾ ਕਰਨਗੇ ਨਾਲ ਤੁਰਨਾਂਤੇ ਦੀ ਇੱਕ ਪੈਨੇ ਲੋ ਲਾ ਦੇਣਗੇ ਵੀ ਇੱਕ ਕੁਰਵਾ ਤੁਰਨਾਂਤੀ, ਯਾਨੀ ਕਿ ਜੇ ਤਿੰਨ ਤੁਰਨਾਂਤੀ ਲਿਖਿਆ ਹੋਇਆ ਯਾਨੀ ਕਿ ਸੀਰੀ ਆਵੇ ਕੁਰਵਿਆਂ ਦੀ, ਦੋ ਤਿੰਨ ਕੁਰਵੇ ਇਕੱਠੇ ਨੇ, ਤਿੰਨ ਜਾਂ ਚਾਰ ਕੁਰਵੇ ਇਕੱਠੇ ਨੇ, ਠੀਕ ਹੈ, ਅਤੇ ਉਹਦੇ ਵਿੱਚ ਔਰ ਨੰਬਰ ਪ੍ਰੋਗਰੈਸਿਵ ਵੀ ਕਿੰਨੇ ਅੱਗੇ ਕੁਰਵੇ ਹੈ ਨੇ ਔਰ ਉਹ ਵੀ ਦੱਸੇ ਜਾਂਦੇ ਨੇ, ਠੀਕ ਹੈ, ਉਹ ਲਿਖਿਆ ਹੁੰਦਾ ਵੀ ਕਿੰਨੇ ਕੁਰਵੇ ਅੱਗੇ ਹੋਰ ਹੈ ਨੇ, ਅਤੇ ਇਹਦੇ ਨਾਲ ਪਨੇਲੋਜੀ ਦੇ ਤੁਰਨਾਂ 'ਤੇ ਲਿਖਿਆ ਹੋਇਆ ਹੋ ਸਕਦੀ ਹੈ ਵੇਰ ਹੋਇਆ। 4 ਨੰਬਰ ਕੁਐਸਚਨ ਹੈ ਸਿਨੇਰੀ ਫਿਗਰਾ ਤੋਂ ਪਰਨੂਚਾ ਉਹਨਾਂ ਤਰਾਤੋ ਦੀ ਸਰਾਹ ਦਾ ਇਸ ਟਾਈਪ ਦੀ ਰੋਡ ਹੈ ਪੈਰੀਕਲੋਜ਼ ਪਰ ਰਿਦੋਤਾ ਵਿਜੀਬਿਲਤਾ ਖਤਰਨਾਕ ਹੈ ਕਿਉਂਕਿ ਰਿਦੋਤਾ ਘੱਟ ਹੁੰਦਾ ਹੈ, ਰਿਦੋਤਾ ਵਿਜੀਬਿਲਤਾ ਘੱਟ ਵਿਜੀਬਿਲਤਾ ਵਿਜੀਬਲ ਜ਼ਿਆਦਾ ਨਹੀਂ ਹੈ, ਜ਼ਿਆਦਾ ਨਜ਼ਰ ਨਹੀਂ ਆਉਂਦਾ ਦੂਰ ਤੱਕ ਕਿਉਂਕਿ ਮੋੜ ਮੋੜਨਾ ਤਾਂ ਜ਼ਿਆਦਾ ਦੂਰ ਤੱਕ ਨਜ਼ਰ ਨਹੀਂ ਆਉਂਦਾ ਹੈ ਵੀ 200 ਦੇ ਮੋੜ ਤੋਂ ਦੂਰ ਤੱਕ ਨਜ਼ਰ ਨਹੀਂ ਆਉਂਦਾ ਹੈ ਵੀ, ਠੀਕ ਹੈ ਵੇਰ ਹੋਇਆ। ਕਹਿੰਦੇ ਨੇ 5 ਨੰਬਰ ਕੁਐਸਚਨ ਸੁਣਿਆ ਵਿਗਰਾ ਤੋਂ ਰਿਕੇ ਦਿਲਾ ਮੋਦਰਾਰੇ ਲਵਲੋਚਤਾ, ਮੋਦਰਾਰੇ ਘੱਟ ਕਰੋ, ਰਦੂਰੇ ਘੱਟ ਕਰੋ, ਜਿਮੀਨਾਰੇ ਘੱਟ ਕਰੋ, ਠੀਕ ਹੈ, ਇਹਨਾਂ ਦਾ ਮਤਲਬ ਸਭਾਂ ਦਾ ਮੋਦਰਾਰੇ ਰਲੰਤਾਰੇ ਰਦੂਰੇ 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 ਅਤੇ ਜਿਨ ਚਾਰ ਜਿਹੜੇ ਕੁਐਸ ਹੈ ਨੇ ਜਿਮੀਨਾਰੇ, ਇਹਨਾਂ ਸਭਾਂ ਦਾ ਮਤਲਬ ਘੱਟ ਕਰਨਾ ਹੀ ਹੈ, ਰੈਗੂਲਾਰੇ ਵੀ ਰੈਗੂਲਰ ਕਰਨਾ ਹੁੰਦਾ ਹੈ ਉਹਦੇ ਵਿੱਚ ਵੀ, ਯਾਨੀ ਕਿ ਰੈਗੂਲਰ ਜਿਵੇਂ ਦੀ ਸਿਚੁਏਸ਼ਨ ਹੋਵੇ ਉਹਦੇ ਡਿਪੈਂਡ ਕਰ ਰਿਹਾ ਉਹਦੇ ਉਸ ਹਿਸਾਬ ਨਾਲ ਰੈਗੂਲਰ ਕਰੋ, ਅਤੇ ਮੋਦਰਾਰੇ ਜਿਵੇਂ ਘੱਟ ਕਰੋ ਸਪੀਡ, ਕਹਿੰਦੇ ਰਿਕੈਦ ਹੈ ਜੇ ਪਲੱਸ ਜਿਹੜਾ ਰਿਕੈਦ ਜਿਹਦੇ ਵਿੱਚ ਆ ਜਾਂਦਾ ਨਾ ਕੁਐਸਚਨ ਵਿੱਚ ਉਹ ਸਵਾਲ ਕੁਐਸਚਨ ਵੇਰੋ ਹੁੰਦੇ ਨੇ, ਰਿਕੈਦ ਵਾਲਾ ਨੋਟ ਕਰ ਲਓ ਸਾਈਡ 'ਤੇ, ਰਿਕੈਦ ਜਿਸ ਵਿੱਚ ਆਉਂਦੇ ਨੇ ਕੁਐਸਚਨ ਵੇਰੋ ਹੁੰਦੇ ਨੇ, ਪਹਿਲੀ ਗੱਲ, ਕਹਿੰਦੇ ਸਿਨੈਰੀ ਫਿਗਰਾ ਤੋਂ ਰਿਕੈਦ ਹੈ ਸਵਾਲ ਇਹ ਕੁਐਸਚਨ ਇਹ ਜਿਹੜਾ ਸਾਈਨ ਬੋਰਡ ਹੈ ਪੁੱਛਦਾ ਜਾਂ ਕਹਿੰਦਾ ਤੁਹਾਨੂੰ ਕਿ ਮੋਦੇਰਾਰੇ ਲੋ ਇਸਦਾ ਸਪੀਡ ਘੱਟ ਕਰੋ ਵੇਰ ਹੋਇਆ। 5 ਨੰਬਰ ਕੁਐਸਚਨ 6 ਨੰਬਰ ਕੁਐਸਚਨ ਕਹਿੰਦੇ ਸਿਗਨਲ ਰਿਫਿਗਰਾ ਤੋਂ ਪਿਰਨੂ ਚਾਨੋ ਤਰਾ ਤੋਂ ਦੀ ਸਤਰਾ ਦਾ ਪੈਰੀਕਲੋਜ਼ ਆ, ਯਕੀਨ ਨਹੀਂ ਕਿਸ ਟਾਈਪ ਦੀ ਰੋਡ ਹੈ ਜਿਹੜੀ ਕਿ ਖਤਰਨਾਕ ਹੈ ਵੇਰ ਹੋਇਆ ਕਿਉਂਕਿ ਖਤਰਨਾਕ ਟਾਈਪ ਦੀ ਰੋਡ ਹੈ, ਠੀਕ ਹੈ। 7 ਨੰਬਰ ਕੁਐਸਚਨ ਹੈ ਸਿਗਨਲ ਰਿਫਿਗਰਾ ਤੋਂ ਪਿਰਨੂ ਚਾ ਉਹਨਾਂ ਸੀਰੀਆ ਦੀ ਕੁਰਵੇ ਪੈਰੀਕਲੋਜ਼ ਹੈ, ਇੱਕ ਸੀਰੀਆ ਹੈ ਵੇ ਕੁਰਵੇ ਪੈਰੀਕਲੋਜ਼ ਦੀ, ਇੱਕ ਕੁਰਵੇ ਪੈਰੀਕਲੋਜ਼ ਜਿਹੜੇ ਉਹਨਾਂ ਦੀ ਇੱਕ ਸੀਰੀਆ ਹੈ,
ਸਹੀ ਕਹਿੰਦੇ ਨੇ ਪਏ ਕਹਿੰਦੇ ਨਹੀਂ ਗਲਤ ਕਹਿੰਦੇ ਪਏ, ਜੇ ਤੁਰਨਾਤੀ ਦਾ ਬੋਰਡ ਲੱਗਿਆ ਹੋਵੇਗਾ ਫਿਰ ਸੀਰੀਆ ਹੋਵੇਗੀ, ਜਾਂ ਫਿਰ ਕਹਿੰਦੇ ਨੇ ਉਹ ਕੀ ਗੁਲਾਬੀ ਰੀ ਮਾਰਦਾ ਇਸ ਰਾਉਂਡ ਪਹਿਲਾਂ ਸੱਜੇ ਨੂੰ ਹੈ। ਦੇਖੋ ਉਹ ਦੋਪੀ ਗੁਰੂਆ ਹੁੰਦਾ ਹੈ, ਠੀਕ ਹੈ, ਜਾਂ ਫਿਰ ਜੇ ਸੀਰੀਆ ਹੋਵੇਗੀ ਗੁਰੂਆਂ ਦੀ ਤੁਰਨਾਤੀ ਦਾ ਬੋਰਡ ਲੱਗਿਆ ਹੋਵੇਗਾ, ਠੀਕ ਹੈ, ਇਹ ਸੀਰੀਆ ਨਹੀਂ ਹੈ ਵੀ ਕਿਉਂਕਿ ਇਕੱਲਾ ਗੁਰੂ ਹੈ, ਠੀਕ ਹੈ। ਉੱਤੇ ਜਿਹੜਾ ਬੰਦ ਕਨਫਿਊਜ਼ ਨਹੀਂ ਹੋਣਾ, ਉੱਤੇ ਜਿਹੜਾ ਤੁਰਨਾ ਤੇ ਲੈਂਦੇ ਕਹਿੰਦੇ ਨੇ ਪੋ ਐਸਰੇ, ਤੀਨ ਨੰਬਰ ਕੁਸ਼ਚਨ, ਪੋ ਐਸਰੇ ਇੰਤਗ੍ਰਾਦ ਹੋ ਸਕਦੇ ਨਾਲ ਜੁੜੀ ਹੋਵੇ ਕੁੰਨ ਆਪਣੇ ਲੋ, ਹੋ ਸਕਦਾ ਵਿੱਚ ਹੋ ਸਕਦੀ ਹੈ, ਠੀਕ ਹੈ, ਜਿਪਨੇ ਲੋਕਾਂ ਆਪਣੇ ਲੱਗੀ ਹੋਵੇ ਦਾ, ਠੀਕ ਹੈ, ਲੇਕਿਨ ਇੱਥੇ ਪੋ ਐਸਰੇ ਨਹੀਂ ਕਹਿ ਰਿਹਾ ਹੈ। ਕਹਿੰਦੇ ਪਿਰਨੂ ਚੋਂ ਸੀਰੀ ਹੈ, ਯਕੀਨ ਇੱਕ ਸੀਰੀ ਦੇ ਕੁਰਬ ਵੈਰੀ ਕਲੋਜ਼ ਹੈ, ਸੀਰਵੇ ਨਹੀਂ ਹੈ ਵੀ ਇੱਕੋ ਕੁਰਬ ਇੱਥੇ ਦੱਸ ਰਹੇ, ਸਿਰਫ ਇੱਕ ਸੀਰੀਆ ਆਉਂਦੀ ਤਾਂ ਉਹ ਦੱਸ ਦਿੰਦੇ, ਤੁਰਨਾ ਤੇ ਬਿਨਾਂ ਨਾਲ ਦੱਸ ਦਿੰਦੇ ਜਾਂ ਦੋਪੀ ਗੁਰੂ ਐਟਲੀਸਟ ਦੱਸ ਦਿੰਦੇ, ਇਸ ਕਰਕੇ ਸੀਰੀਆ ਨਹੀਂ ਹੈ ਵੀ ਗਲਤ ਕਹਿੰਦੇ ਪਏ। ਅੱਠ ਨੰਬਰ ਕੁਸ਼ਚਨ, ਸਿਨੈਰੀਓ ਫਿਗਰਾ ਤੋਂ ਪਰਨੂ ਚੋਨੋ, ਪਰਨੂ ਚੋਨੋ ਓਬਲੀਗੋ ਦੀ, ਇੱਕ ਓਬਲੀਗੋ ਹੈ ਦੀ ਸੋਲਤਾਰੇ ਦਾ ਸਰਾ ਵੀ ਸੱਜੇ ਮੁੰਡ ਦਾ। ਦੇਖੋ ਓਬਲੀਗੋ ਦੇ ਸਿਗਨੇ ਜਿਹੜੇ ਸਿਗਨਲ ਹੁੰਦੇ ਨਾ, ਉਹਨਾਂ ਦਾ ਹਮੇਸ਼ਾ ਯਾਦ ਰੱਖੋ, ਜ਼ਿਆਦਾਤਰ ਜਿਹੜੇ ਮੋਸਟਲੀ ਸਿਗਨਲ ਹੁੰਦੇ ਨਾ ਉਹਦੇ, ਇਹ ਉਹਨਾਂ ਦੀ ਨਿਸ਼ਾਨੀ ਪੱਕੀ ਹੈ, ਯਾਦ ਰੱਖੋ ਕਿ ਦੋ ਤਿੰਨ ਕੋਈ ਸਿਗਨਲਾਂ ਨੂੰ ਛੱਡ ਕੇ ਪੋਰਟ ਵਨ ਛੱਡ ਕੇ ਉਹਨਾਂ ਦੇ ਸਿਗਨਲ ਇੱਕ ਤਾਂ ਗੋਲ ਹੁੰਦੇ ਨੇ, ਦੂਸਰੇ ਬਲੂ ਹੁੰਦੇ ਨੇ, ਠੀਕ ਹੈ, ਪਹਿਲੀ ਗੱਲ ਗੋਲ ਹੋਣਗੇ, ਦੂਜਾ ਗੋਲ ਬਲੂ ਹੋਣਗੇ, ਇਸ ਕਰਕੇ ਇਹ ਸਿਗਨਲ ਹੈ ਹੀ ਤਿੰਨ ਅੰਗੂਠਾਂ ਵਾਲਾ, ਔਰ ਬਲੂ ਵੀ ਨਹੀਂ ਹੈ, ਇਸ ਕਰਕੇ ਯੂ ਕਹਿਣਗੇ ਉਹਨਾਂ ਸਿਗਨਲ ਦੀ ਉਹ ਉਹਨਾਂ ਸੀ ਸੋਰੀ ਇਹਨਾਂ ਸਿਗਨਲ ਹੀ ਨਹੀਂ ਕਹਿ ਰਿਹਾ ਵੈਸੇ ਵੀ, ਕਹਿੰਦੇ ਉਹਨਾਂ ਓਬਲੀਗੋ, ਦੁਬਾਰਾ ਪੜ੍ਹਨੇ ਅੱਠ ਨੰਬਰ ਕੁਸ਼ਚਨ, ਕਹਿੰਦੇ ਸਿਨੈਰ ਫਿਗਰਾ ਤੋਂ ਉਹਨਾਂ ਓਬਲੀਗੋ, ਇੱਕ ਓਬਲੀਗੋ ਹੈ ਦੀ ਸਵਲਤਾ ਰਿਹਾ ਦਸਤਰਾ ਚੌਂਕ ਦੇ ਵਿੱਚ ਸੁਚੋ ਸੱਜੇ ਮੁੜਨਾ, ਇਹ ਜਿਹੜਾ ਹੈ ਦੇਖੋ ਓਬਲੀਗੋ ਨਹੀਂ ਹੈ ਵੀ, ਓਬਲੀਗੋ ਤਾਂ ਤੁਹਾਨੂੰ ਪਹਿਲੇ ਵੀ ਦੱਸ ਰਿਹਾ ਮੈਂ ਕਿ ਓਬਲੀਗੋ ਦਾ ਜਿਹੜਾ ਸਿਗਨਲ ਹੁੰਦਾ ਹੈ ਉਹ ਉਹਨਾਂ ਨਿਸ਼ਾਨੀਆਂ ਗੋਲ ਹੁੰਦੇ ਨੇ ਔਰ ਬਲੂ ਹੁੰਦੇ ਨੇ, ਠੀਕ ਹੈ, ਇਸ ਕਰਕੇ ਓਬਲੀਗੋ ਨਹੀਂ ਹੈ ਵੀ ਕਿਸੇ ਸੂਰਤ ਵੀ, ਇਹ ਚਾਹੇ ਤਿੰਨ ਗੁੱਠਾਂ ਵਾਲਾ ਹੈ ਔਰ ਬਲੂ ਵੀ ਨਹੀਂ ਹੈ ਵੀ, ਠੀਕ ਹੈ, ਇਸ ਕਰਕੇ ਓਬਲੀਗੋ ਨਹੀਂ ਹੈ ਵੀ ਸੱਜੇ ਮੁੰਡ ਦਾ, ਉਹ ਅੱਗੇ ਆਵੇ ਜਿਹੜਾ ਓਬਲੀਗੋ ਹੈ ਨਾ ਸੱਜੇ ਮੁੰਡ ਦਾ, ਉਹ ਗਾਲਬਨ 190 ਨੰਬਰ ਪੇਜ ਦੇਵੇ 91 'ਤੇ, ਠੀਕ ਹੈ, 190 ਨੰਬਰ ਪੇਜ 'ਤੇ ਤੁਸੀਂ ਉੱਥੇ ਦੇਖੋਗੇ ਕਿ ਓਬਲੀਗੋ ਸਹੂਲਤਾਂ ਦਾ ਚੌਂਕ ਦੇ ਵਿੱਚ ਮੁੜਨਾ ਅਤੇ ਇਸ ਤਰ੍ਹਾਂ ਸੱਜੇ ਨੂੰ, ਉਹ 190 ਨੰਬਰ ਪੇਜ 'ਤੇ ਤੁਸੀਂ ਬਾਈ ਹਲਕੇ ਲਿਖੋ, ਤੁਹਾਨੂੰ ਨਜ਼ਰ ਆਏਗਾ ਕਿ ਓਬਲੀਗੋ ਕਿਹੜਾ ਹੁੰਦਾ, ਠੀਕ ਹੈ। ਕਹਿੰਦੇ ਨੇ ਸਿਨਿਆਰ ਫਿਗਰਾ ਤੋਂ ਨਾ ਸਿਨਿਆਰ ਦੀ ਪ੍ਰਸਕ੍ਰਿਪਸ਼ਨ ਹੈ, ਇੱਕ ਸਿਗਨਲ ਹੈ ਪ੍ਰਸਕ੍ਰਿਪਸ਼ਨ ਦਾ, ਪ੍ਰਸਕ੍ਰਿਪਸ਼ਨ ਹੈ ਕਿਸੇ ਚੀਜ਼ ਦੀ ਹਦਾਇਤ ਹੋਣਾ ਜਾਂ ਪ੍ਰਸਕ੍ਰਿਪਸ਼ਨ ਦੇ ਸਿਗਨਲ ਹੁੰਦੇ ਨੇ ਤਿੰਨ ਕਿਸਮ ਦੇ, ਇਹ ਗਲਤ ਕਹਿੰਦੇ ਪਏ ਸਿਗਨਲ ਪ੍ਰਸਕ੍ਰਿਪਸ਼ਨ ਦਾ ਹੈ, ਪ੍ਰਸਕ੍ਰਿਪਸ਼ਨ ਦੇ ਸਿਗਨਲ ਹੁੰਦੇ ਨੇ ਇੱਕ ਚੈਪਟਰ ਨੰਬਰ 3 ਸਿਨਿਆਲ ਦੀ ਦਵੇਤੋ, ਚੈਪਟਰ ਨੰਬਰ 4 ਸਿਨਿਆਲ ਦੀ ਓਬਲੀਗੋ, ਚੈਪਟਰ ਨੰਬਰ 5 ਸਿਨਿਆਲ ਦੀ ਪ੍ਰੇਚੀ ਦੇਨਜ਼ਾ, ਇਹ ਤਿੰਨੇ ਚੈਪਟਰ ਜਿਹੜੇ ਨੇ ਇਹ ਸਿਨਿਆਲ ਦੀ ਪ੍ਰਸਕ੍ਰਿਪਸ਼ਨ ਦੇ ਹੁੰਦੇ ਨੇ, ਇਹ ਪੈਰੀਕੁਲਰ ਚੈਪਟਰ ਜਿਹੜਾ ਇਹ ਸਿਨਿਆਲ ਪ੍ਰਸਕ੍ਰਿਪਸ਼ਨ ਦਾ ਨਹੀਂ ਹੁੰਦਾ, ਇੰਡੀਕੇਸ਼ਨ ਹੈ ਚੈਪਟਰ ਸਿਨਿਆਲ ਪ੍ਰਸਕ੍ਰਿਪਸ਼ਨ ਨਹੀਂ ਹੁੰਦਾ, ਸਿਮਾਫਰ ਵਾਲਾ ਚੈਪਟਰ ਸਿਨਿਆਲ ਪ੍ਰਸਕ੍ਰਿਪਸ਼ਨ ਨਹੀਂ ਹੁੰਦਾ, ਇਸ ਕਰਕੇ ਇਹ ਨਹੀਂ ਹੈ ਵੀ ਇਹ ਗਲਤ ਕਰਨੀ ਫਾਲਸ ਹੋਇਆ। ਅੱਗੇ 10 ਨੰਬਰ ਕਹਿੰਦੇ ਸਿਨਿਆਲ ਫਿਗਰਾ ਤੋਂ ਪਿਰਨੂ ਚੌਨ ਉਤਰਾ ਤੋਂ ਇਸਤਰਾ ਦਾ ਇਨ ਸਲੀਤਾ, ਇਹ ਕਿਸ ਟਾਈਪ ਦੀ ਰੋਡ ਹੈ ਇਨ ਸਲੀਤਾ ਚੜ੍ਹਾਈ ਦੇ ਵਿੱਚ, ਗਲਤ ਕਹਿੰਦੇ ਵੀ ਇੱਕ ਚੜ੍ਹਾਈ ਵਿੱਚ ਨਹੀਂ ਹੈ ਵੀ, ਸਲੀਤਾ ਅਸੀਂ ਅੱਗੇ ਜਗ੍ਹਾ ਪੜਾਂਗੇ ਉਹ ਗੱਲ ਐਸੇ ਚੈਪਟਰ ਦੇ ਐਂਡ ਦੇਵੇ, ਐਂਡ ਦੈਨ 94-95 ਨੰਬਰ ਦੇ ਮੇਰੇ ਖਿਆਲ ਮੈਂ, ਸਲੀਤਾ ਜਿਹੜਾ ਦੇਖੋ 96 ਨੰਬਰ ਪੇਜ ਹੈ, ਦੇਖੋ ਇਹ ਸਲੀਤਾ ਵੇ, ਇਹਦੇ ਦੁੱਧ ਵਿੱਚ ਬਹੁਤ ਫਰਕ ਹੈ, ਗਲਤ ਕਹਿੰਦੇ ਵੀ ਉਹ ਸਲੀਤਾ ਨਹੀਂ ਸੀਗਾ, ਠੀਕ ਹੈ, ਇਸ ਕਰਕੇ ਉਹ ਗਲਤ ਕਹਿੰਦੇ ਵੀ ਸਲੀਤਾ ਨਹੀਂ ਸੀ। ਸਿਨਿਆਲ ਦੀ ਓਬਲੀਗੋ ਮੈਂ ਤੁਹਾਨੂੰ ਦੱਸ ਚੁੱਕਿਆ, ਤੁਸੀਂ ਬਾਈ ਗੱਲ 'ਤੇ ਜਾ ਕੇ ਲਿਖ ਸਕਦੇ ਹੋ, 90 ਨੰਬਰ 190 ਨੰਬਰ ਪੇਜ, ਉਹ ਸਿਨਿਆਲ ਦੀ ਓਬਲੀਗੋ ਹੈ, ਪ੍ਰਸਕ੍ਰਿਪਸ਼ਨ ਸਿਗਨਲ 3 ਨੰਬਰ ਚੈਪਟਰ, 4 ਨੰਬਰ ਚੈਪਟਰ, 5 ਨੰਬਰ ਚੈਪਟਰ ਪ੍ਰਸਕ੍ਰਿਪਸ਼ਨ ਸਿਗਨਲ ਹੁੰਦੇ ਨੇ। ਹੁਣ ਤਰ੍ਹਾਂ ਤੁਸੀਂ ਸਲੀਤਾ ਸਲੀਤਾ ਅਸੀਂ ਹੁਣ ਦੇਖਿਆ 96 ਨੰਬਰ ਪੇਜ 'ਤੇ, ਸਲੀਤਾ ਨਹੀਂ ਹੈ ਵੀ, ਸਿਨਿਆਲ ਦੇ ਫਿਗਰਾ ਤੋਂ ਪਿਰਨੂ ਚੌਨੋ ਕੰਬਿਓ ਦੀ ਕੋਰਸੀਆ, ਕਾਂਬੇ ਦੀ ਕੋਰਸੀਆ, ਯਕੀਨ ਇੱਥੇ ਇੱਕ ਕੋਰਸੀਆ ਚੇਂਜ ਹੋਣੀ ਹੈ, ਟਰੈਕ ਟਰੈਕ ਜਾਂ ਕੋਰਸੀਆ ਚੇਂਜ ਕਰਨਾ,
ਗਲਤ ਕਰਨੇ ਪਿਆ ਇੱਥੇ ਕੋਰਸੀਆਂ ਜਾਂ ਟਰੈਕ ਜਿਹੜੀ ਲਾਈਨਾਂ ਹੁੰਦੀਆਂ ਨੇ ਕਈਆਂ ਦੀ ਅਸਰਾ ਦੇ ਜੀ ਟੀ ਰੋਡਾਂ ਜਿਵੇਂ ਹੁੰਦੀਆਂ ਸਾਡੀਆਂ ਦੋ ਤਿੰਨ ਚਾਰ ਲਾਈਨਾਂ ਹੁੰਦੀਆਂ ਨੇ ਇਹ ਲਾਈਨ ਉਹ ਲਾਈਨ ਜਾਂ ਟਰੈਕ ਚੇਂਜ ਕਰਨੇ ਦਾ ਨਹੀਂ ਕਹਿ ਰਿਹਾ, ਗਲਤ ਕਰਨੇ ਪਿਆ ਠੀਕ ਹੈ। ਇਹ ਤਾਂ ਇੱਕ ਸਿੰਪਲ ਖਤਰਨਾਕ ਕੁਰਵਾ ਦੱਸ ਰਹੇ ਨੇ ਬਸ। ਬਾਰਾਂ ਨੰਬਰ ਕੁਸ਼ਚਨ ਹੈ, ਇਹ ਨਾ ਕੁਰਵਾ ਅਸ ਨਹੀਂ ਇਸ ਤਰ੍ਹਾਂ, ਇੱਕ ਕੁਰਵਾ ਖੱਬੇ ਨੂੰ। ਦੇਖੋ ਇਹ ਗਲਤ ਕਰਨੇ ਪਏ ਕਿਉਂਕਿ ਅਸੀਂ ਉੱਥੇ ਦੇਖ ਰਹੇ ਹਾਂ ਕੁਰਵਾ ਹੈਗਾ, ਇਹ ਕੁਰਵਾ ਪ੍ਰਗਲੋ ਦਾ ਇਸ ਤਰ੍ਹਾਂ ਸੱਜੇ ਨੂੰ ਕੁਰਵਾ ਹੈ। ਇਸ ਕਰਕੇ ਗਲਤ ਕਹਿੰਦੇ ਪਏ ਕਿ ਉਹਨਾਂ ਕੁਰਵਾ ਸਨਿਸਤਰਾ ਇੱਕ ਕੁਰਵਾ ਹੈਗਾ ਖੱਬੇ ਨੂੰ ਠੀਕ ਹੈ। ਫਿਰ ਨੰਬਰ ਕੁਸ਼ਚਨ ਸੀਨੀਅਰ ਵਿਗਰਾ ਤੋਂ ਪੋਸਟ ਤੋਂ ਸੂ ਉਹਨਾਂ ਸਤਰਾ ਦਾ ਆ ਦੋ ਪ੍ਰਸੈਂਟ ਸਚੁਰੇਸ਼ਨ ਹੈ, ਕਹਿੰਦਾ ਲੱਗਿਆ ਹੋਇਆ ਕਿ ਇਸ ਰੋਡ ਦਾ ਦੋ ਪ੍ਰਸੈਂਟ ਸਚੁਰੇਸ਼ਨ ਹੈ ਉਹਦੇ ਉੱਤੇ। ਇੰਪੋਨ ਦੀ ਪੋਤਾਰ ਸੀ ਸੁੱਲ ਪਾਰਤ ਸਨਿਸਤਰਾ ਦਲਾ ਕਰ ਜਾਤਾ, ਲਾਜ਼ਮੀ ਹੈ ਇੰਪੋਨ ਲਾਗੂ ਹੁੰਦਾ ਤੁਹਾਡੇ ਤੇ, ਪੁਰਤਾ ਸੀ ਲੈ ਆਓ ਤੁਸੀਂ ਸੁੱਲ ਪਾਰਤ ਸਨਿਸਤਰਾ ਦਲਾ ਕਰ ਜਾਤਾ ਖੱਬੇ ਕਿਨਾਰੇ ਆ। ਪਰ ਅਫਰੋਂਤਾਰੇ ਮੈਲੀਓ ਲਾ ਕੋਰਵਾ ਵੀ ਸਾਹਮਣਾ ਕਰਨ ਲਈ ਵਧੀਆ ਤਰੀਕੇ ਨਾਲ ਕਰੋ। ਤਾਂ ਦੇਖੋ ਜੇ ਦੋ ਪੀ ਸੈਂਸੋ ਰੋਡ ਹੈ ਤਾਂ ਫਿਰ ਸਾਹਮਣੇ ਤੋਂ ਆਉਂਦੀ ਗੱਡੀ ਹੋਵੇਗੀ ਨਾ ਆਉਣ ਵਾਲੀ ਕੁਰਸੀਆ, ਤਾਂ ਫਿਰ ਖੱਬੀ ਸਾਈਡ 'ਤੇ ਨਹੀਂ ਲੈ ਕੇ ਆਉਣਾ, ਆਪਣੀ ਸੱਜੀ ਸਾਈਡ 'ਤੇ ਰਹਿਣਾ ਚਾਹੀਦਾ ਠੀਕ ਹੈ। ਕਹਿੰਦੇ ਸੀਨੀਅਰ ਫਿਗਰ ਤੋਂ ਪੋਸਟ ਤੋਂ ਉਹਨਾਂ ਸਤਰਾ ਦਾ ਦੋ ਪੀ ਸੈਂਸੋ ਸਿਚੁਏਸ਼ਨ, ਦੋ ਪੀ ਸੈਂਸੋ ਸਿਚੁਏਸ਼ਨ ਸਿਸਟਮ ਲੱਗਿਆ ਹੋਵੇਗਾ ਤੁਸੀਂ ਜਿਤਨਾ ਪੋਸੀਬਲ ਹੋ ਸੱਜੇ ਕਿਨਾਰੇ ਰਹੋ, ਕਿਉਂਕਿ ਵਿਜੀਬਿਲਟਾ ਹੈ ਨਹੀਂ ਅਗਲੀ ਤੋਂ ਆਉਣ ਵਾਲੀ ਗੱਡੀ ਨੂੰ ਮੁਸ਼ਕਲ ਨਾ ਹੋਵੇ ਤੁਹਾਨੂੰ ਮੁਸ਼ਕਲ ਨਾ ਹੋਵੇ। ਇਸ ਕਰਕੇ ਗਲਤ ਕਹਿ ਰਹੇ ਨੇ ਕਿ ਇੰਪੋਨ ਦੀ ਪੁਤਾਰ ਸੀ ਸੁਰ ਸਨਿਸ ਭਾਰਤ ਸਨਿਸ ਤਰ੍ਹਾਂ, ਇੱਥੇ ਗਲਤ ਹੋਈ ਨੇ ਖੱਬੇ ਵੱਲ ਲੈ ਕੇ ਆਓ, ਫਾਲਸ ਹੋ ਗਿਆ। ਅੱਗੇ 14 ਨੰਬਰ ਕਹਿੰਦੇ ਸੀਨੀਅਰ ਫਿਗਰਾ ਤੋਂ ਪੋਸਟ ਤੋਂ ਦੀ ਨੋਰਮਾ ਲੱਗਿਆ ਹੁੰਦਾ ਨੋਰਮਲੀ ਆ ਚੀਕਵੇ ਮੈਤਰੀ ਦਲ ਨਹੀਂ ਦਲ ਕੁਰਵਾ 5 ਮੀਟਰ ਜਿੱਥੇ ਕੁਰਵਾ ਸ਼ੁਰੂ ਹੁੰਦਾ ਹੈ। ਦੇਖੋ ਇਹ 150 ਮੀਟਰ ਤੋਂ 150 ਮੀਟਰ ਦਾ ਸਾਰੇ ਜਿਹੜੇ ਪੈਰੀਗੁਲਰ ਸਿਗਨਲ ਹੈ ਤਕਰੀਬਨ ਸਾਰੇ ਇੱਕ ਦੋ ਛੱਡ ਕੇ ਉਹ 150 ਮੀਟਰ ਦੇ ਹੁੰਦੇ ਨੇ ਠੀਕ ਹੈ। ਇਸ ਕਰਕੇ ਗਲਤ ਕਰਨੇ ਵੀ ਫਾਲਸ ਹੋਇਆ ਹੈ। ਨੈਕਸਟ ਪੇਜ 'ਤੇ ਚੱਲਾਂਗੇ, ਇਹ ਵੀ ਉਹੀ ਹੈ ਕੁਰਵਾ ਪੈਰੀਗਲੋਜ਼ ਦਾ, ਇਸ ਤਰ੍ਹਾਂ ਖਤਰਨਾਕ ਕੁਰਵਾ ਸੱਜੇ ਨੂੰ। ਕਹਿੰਦੇ ਇਨ ਪ੍ਰੈਜੈਂਸ ਦਾ ਦਲ ਸਿਨਿਆਲ ਇਸ ਸਿਗਨਲ ਦੀ ਮੌਜੂਦਗੀ ਵਿੱਚ ਰੈਫਿਗਰਾਤ ਜਿਹੜੇ ਦੱਸਦੇ ਨੇ ਪਏ ਪੋਸਟ ਸੂ ਇਸ ਤਰ੍ਹਾਂ ਦੇ ਦੋ ਪੀਸੈਂਸ ਦੀ ਚਿਰਕੁਲੇਸ਼ਨ ਹੈ, ਲੱਗਿਆ ਹੋਵੇਗਾ ਇੱਕ ਰੋਡ 'ਤੇ ਜਿਹੜਾ ਦੋ ਪੀਸੈਂਸ ਦੀ ਚਿਰਕੁਲੇਸ਼ਨ ਹੈ ਉਹਦੇ 'ਤੇ। ਦੇਖੋ ਲੱਗਿਆ ਹੋ ਸਕਦਾ ਦੋ ਪੀਸੈਂਸ ਦੀ ਚਿਰਕੁਲੇਸ਼ਨ ਉੱਤੇ ਠੀਕ ਹੈ। ਕਹਿੰਦੇ ਇੱਕ ਦੂਏ ਸੋਲੋ ਕੋਰਸੀ ਜਿੱਥੇ ਸਿਰਫ ਦੋ ਕੋਰਸੀਆਂ ਨੇ, ਦੋ ਪੀਸੈਂਸ ਰੋਡ ਹੈ ਔਰ ਸਿਰਫ ਦੋ ਕੋਰਸੀਆਂ ਨੇ। ਸਿੱਧੇ ਵਿੱਚ ਰਿਗੁਲਾਰੇ ਇਲ ਪਿਊ ਪੋਸੀਬਲ ਵਿਚੀਨੋ ਅਲ ਮਾਰਜੀਨ ਦੈਸਤਰੋ, ਕਹਿੰਦੇ ਤੁਸੀਂ ਚੱਲੋ ਜਿੰਨਾ ਜ਼ਿਆਦਾ ਪੋਸੀਬਲ ਹੋਇਆ ਖਰਜਾ ਤੇ ਸੱਜੇ ਕਿਨਾਰੇ ਫਿਰ ਹੋਇਆ, ਜਿਵੇਂ ਮੈਂ ਫਿਰ ਤੁਹਾਨੂੰ ਪਿੱਛੇ ਸਮਝਾ ਰਿਹਾ ਸੀ ਕਿ ਜਿਸ ਟਾਈਮ ਦੋ ਪੀਸੈਂਸ ਰੋਡ ਹੋਵੇ ਤਾਂ ਜਿੰਨਾ ਪੋਸੀਬਲ ਹੋਇਆ ਤੁਸੀਂ ਖਰਜਾ ਤੇ ਦੇ, ਜਿੰਨਾ ਜ਼ਿਆਦਾ ਪੋਸੀਬਲ ਹੈ ਵਿਚੀਨੋ ਨੇੜੇ ਰਹਿਣਾ ਮਾਰਜੀਨ ਕਿਨਾਰੇ ਤੇ ਆ ਦੈਸਤਰਾ ਸੱਜੇ ਵਾਲੇ ਦੇ ਦੈਸਤਰੋ ਦੇ। ਦੂਸਰਾ ਕੁਸ਼ਚਨ ਹੈ ਇਸਨੇ ਵੀਰਾ ਤੋਂ ਪਰਨੂਚਾ ਉਹਨਾਂ ਤਰਾ ਤੋਂ ਦਿਸਰਾ ਦਾ ਇਸ ਟਾਈਪ ਦੀ ਰੋਡ ਹੈ, ਇਨਕਵੀ ਨੇਚੇ ਸਾਰੇ ਰੈਗੂਲਾਰੇ ਰਵਲੋ ਇਸ ਤਾਂ ਲਾਜ਼ਮੀ ਇੱਥੇ ਰੈਗੂਲਰ ਕਰੋ ਸਪੀਡ ਇਨ ਰਿਲੇਸ਼ਨ ਵਾਲਾ ਵਿਜੀਬਿਲਤਾ ਆਪਣੀ ਵਿਜੀਬਿਲਟਾ ਦੇ ਹਿਸਾਬ ਨਾਲ, ਵੀ ਜਿੰਨਾ ਤੁਹਾਨੂੰ ਨਜ਼ਰ ਆਉਂਦਾ ਜਿੰਨਾ ਵਿਜੀਬਲ ਹੈ ਉਹਦੇ ਹਿਸਾਬ ਨਾਲ ਰੈਗੂਲਰ ਕਰੋ ਸਪੀਡ। ਅਦਾ ਰਿਜੀਓ ਦਾ ਗੁਰਵਾ ਔਰ ਕੁਰਵੇ ਦੇ ਰਿਜੀਓ ਦੇ ਹਿਸਾਬ ਨਾਲ ਕੁਰਵੇ ਜਿੰਨੀ ਥਾਂ ਹੈ ਜਿੰਨਾ ਭੀੜਾ ਕੁਰਵੇ ਉਹ ਜਿਹੜਾ ਸੋੜਾ ਕੁਰਵੇ ਜਾਂ ਜਿੰਨੀ ਵਿਜੀਬਿਲਟੀ ਹੈ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਸਪੀਡ ਜਿਹੜੀ ਹੈ ਗਤੀ ਜਿਹੜੀ ਹੈ ਰੈਗੂਲਰ ਕਰੋ ਠੀਕ ਹੈ। ਵੇਰ ਹੋਇਆ ਨੰਬਰ ਕੁਸ਼ਚਨ ਹੈ ਸਿਨੈਰ ਫਿਗਰਾ ਤੋਂ ਪਿਰਨੂਚਾ ਉਹ ਨਤਰਾ ਤੋਂ ਦੀ ਸਰਾਹ ਦਾ ਇਸ ਟਾਈਪ ਜੀ, ਕਹਿੰਦੇ ਸਿਨੈਰ ਫਿਗਰਾ ਤੋਂ ਯਕੀਨਨ ਇਸ ਟਾਈਪ ਦੀ ਰੋਡ ਹੈ, ਇਨ ਕੁਈ ਨੈਚਸਾਰੀ ਇੱਥੇ ਨੈਚਸਰੀ ਹੈ ਲੋੜ ਲਾਜ਼ਮੀ ਹੈ ਜ਼ਰੂਰੀ ਹੈ ਲੋੜ ਹੈ ਪਰਕੋਰੇ ਲਾ ਕੁਰਵਾ ਕੁਨ ਪਿਓ ਅਤੈਨਸ਼ਨ ਹੈ, ਪਰਕੋਰੇ ਲਾ ਕੁਰਵਾ ਇਸ ਕੁਰਵੇ ਦੇ ਉੱਤੇ ਚੱਲੋ ਕੁਨ ਪਿਓ ਅਤੈਨਸ਼ਨ ਹੈ ਇਸ ਕੁਰਵੇ ਤੋਂ ਚੱਲੋ ਜ਼ਿਆਦਾ ਅਟੈਨਸ਼ਨ ਦੇ ਨਾਲ, ਪਰ ਸੇਲਾ ਸਰਾਹ ਦਾ ਬਣਿਆ ਤਾ ਜੇ ਰੋਡ ਗਿੱਲੀ ਹੋਵੇ ਤਾਂ ਫਿਰ ਹੋਇਆ, ਕਿਉਂਕਿ ਜੇ ਰੋਡ ਗਿੱਲੀ ਹੋਵੇ ਤਾਂ ਸਲਿਪ ਹੋਣ ਦਾ ਗੱਡੀ ਦਾ ਖਤਰਾ ਹੁੰਦਾ ਹੈ, ਇਸ ਕਰਕੇ ਜ਼ਿਆਦਾ ਅਹਤਿਆਤ ਨਾਲ ਜ਼ਿਆਦਾ ਸਾਵਧਾਨ ਨਾਲ ਤੁਸੀਂ ਚੱਲਣਾ ਚਾਹੀਦਾ। 4 ਨੰਬਰ ਕੁਸ਼ਚਨ ਸਿਨੇ ਵਿਗਰਾ ਤੋਂ ਪਿਰਨੂ ਚਾਨੂੰ ਤਰਾ ਤੋਂ ਦਿਸ ਤਰਾ ਦਾ ਯਕੀਨਨ ਇਸ ਟਾਈਪ ਦੀ ਰੋਡ ਹੈ, ਇਨਕਵੀ ਨੋਨ ਕੌਨਸੈਂਤੀ ਤੋਂ ਇਲਸੁਰ ਪਾਸੋ ਇੱਥੇ ਨਹੀਂ ਜਾ ਸਕਦੇ ਓਵਰਟੇਕ ਕਰਨੇ ਦੀ, ਸੇਲਾ ਕਰ ਜਾ ਤਾਂ ਆ ਦੋ ਪੀ ਸੈਂਸ ਦੀ ਰਿਗਰੈਸ਼ਨ ਹੈ, ਜੇਕਰ ਜੇ ਦੋ ਪੀ ਸੈਂਸ ਦੀ ਰਿਗਰੈਸ਼ਨ ਹੈ ਕਹਿੰਦੇ ਨੇ ਫਿਰ ਇੱਥੇ ਨੋਨ ਕੌਨਸੈਂਤੀ ਤੋਂ ਇਲਸੁਰ ਪਾਸੋ ਓਵਰਟੇਕ ਕਰਨੀ ਇਜਾਜ਼ਤ ਨਹੀਂ ਹੈ। ਦੇਰ ਹੋਇਆ ਕਿਉਂਕਿ ਨਹੀਂ ਇਜਾਜ਼ਤ ਹੈ ਕਿਉਂਕਿ ਕੁਰਸੀ ਜਾਣ ਵਾਲੀ ਹੋਈ ਕਾਰਨ ਵਾਲੀ ਕੁਰਸੀ ਹੋਈ ਠੀਕ ਹੈ। ਔਰ ਦੋ ਪੀਸੈਂਸ ਦੀ ਕੁਸ਼ਚਨ ਹੈ ਕੁੰਨ ਦੂਏ ਸੋਲੋ ਕੁਰਸੀ ਸਿਰਫ ਦੋ ਕੁਰਸੀਆਂ ਨੇ, ਜੇ 4 ਕੁਰਸੀਆਂ ਹੋਣ ਨਾ ਫਿਰ ਵੱਖਰੀ ਗੱਲ ਹੈ ਫਿਰ ਇਜਾਜ਼ਤ ਹੁੰਦੀ ਹੈ, ਸਿਰਫ ਦੋ ਕੁਰਸੀਆਂ ਫਿਰ ਨਹੀਂ ਇਜਾਜ਼ਤ ਹੁੰਦੀ। ਫਿਰ ਹੋਇਆ 5 ਨੰਬਰ ਕੁਸ਼ਚਨ ਹੈ ਕਹਿੰਦੇ ਇਸ ਪ੍ਰਿੰਸ ਦਲ ਸਿਨਿਆਰ ਫਿਕਰਾ ਤੋਂ ਸਿਗਲੇ ਦੀ ਮੌਜੂਦਗੀ ਵਿੱਚ ਸਿੱਧੇ ਵੀ ਵਿਆਜਾਰੇ ਅੱਧ ਅੰਦਾਤੂਰਾ ਪਰਟੀਕੁਲਾਰੇ ਮਿਹਨਤੇ ਮੁਦਰਾਤਾ, ਕਹਿੰਦੇ ਨੇ ਤੁਸੀਂ ਸਿੱਧੇ ਵੀ ਵਿਆਜਾਰ ਲਾਜ਼ਮੀ ਤੁਸੀਂ ਸਫ਼ਰ ਕਰੋ ਚੱਲੋ ਅੱਗੇ ਜਾਓ
ਦਤੂਰਾ ਪਰਟੀਕੂਲਰ ਮਿਹਨਤੀ ਬੰਦਰਾ ਤਾਂ ਅੱਗੇ ਵਧੋ, ਲੇਕਿਨ ਬਹੁਤ ਜ਼ਿਆਦਾ ਸਪੀਡ ਘੱਟ ਕਰ ਗਏ, ਗਤੀ ਘੱਟ ਕਰ ਗਏ, ਮਦਰਾ ਤਾਂ ਘੱਟ ਕਰ ਗਏ। ਸੇ ਸੀ ਚਿਰਕੋਲਾ ਕੋਨਲੇ ਇਲ ਰੋਤੀਨੋ ਰੋਤਾ ਸਕੋਰਸੋ, ਜੇ ਤੁਸੀਂ ਚੱਲਦੇ ਹੋਵੇ, ਸੇ ਅਗਰ ਜੇ ਸੇ ਚਿਰਕਲਾ ਜੇ ਤੁਸੀਂ ਚੱਲਦੇ ਹੋਵੇ, ਅਗਰ ਜੇ ਤੁਸੀਂ ਚੱਲਦੇ ਹੋਵੇ, ਕੋ ਰੋਤੀਨੋ, ਜਿਹੜਾ ਰੋਤੀਨੋ ਹੁੰਦਾ ਸਟੱਪਣੀ, ਰੋਤਾ ਸਕੋਰਸੋ ਕਹਿੰਦੇ ਨੇ, ਸਕੋਰ ਰੋਤਾ ਟਾਇਰ ਹੁੰਦਾ, ਸਕੋਰਸੋ ਮਦਦ ਵਾਲਾ ਟਾਇਰ, ਜਿਹੜਾ ਮਦਦ ਵਾਲਾ ਟਾਇਰ ਹੁੰਦਾ ਨਾ, ਜਿਸਨੂੰ ਅਸੀਂ ਆਮ ਲਫ਼ਜ਼ ਸਟੱਪਣੀ ਕਹਿੰਦੇ ਹਾਂ, ਉਹਨੂੰ ਰੋਤੀਨੋ ਕਹਿ ਦਿੰਦੇ ਨੇ, ਸਕੋਰਤਾ ਵੀ ਕਹਿ ਦਿੰਦੇ ਨੇ, ਠੀਕ ਹੈ। ਕਹਿੰਦੇ ਨੇ ਜੇ ਤੁਸੀਂ ਸਟੱਪਣੀ ਪਾ ਕੇ ਚਲਾਉਂਦੇ ਹੋ ਗੱਡੀ, ਤਾਂ ਫਿਰ ਤੁਸੀਂ ਸਪੀਡ ਘੱਟ ਰੱਖੋ, ਸਪੀਡ ਘੱਟ ਰੱਖਣੀ ਚਾਹੀਦੀ ਹੈ, ਕਿਉਂਕਿ ਜੇ ਸਟੱਪਣੀ ਹੁੰਦੀ ਹੈ ਨਾ, ਉਹ ਟਾਇਰ ਨੋਰਮਲੀ ਗੱਡੀਆਂ ਦਾ ਥੋੜ੍ਹਾ ਜਿੰਨਾ ਛੋਟਾ ਹੁੰਦਾ ਦੂਜੇ ਨਾਲੋਂ। ਅੱਗੇ ਪੜ੍ਹਦੇ ਹਾਂ 6 ਨੰਬਰ ਕੁਸ਼ਚਨ, ਕਹਿੰਦੇ ਇਸ ਨੇ ਫਿਗਰਾ ਤੋਂ ਪਰਨੂਚਾ ਆਇਆ ਸਿਗਨਲ, ਜਿਹੜਾ ਯਕੀਨ ਹੈ ਉਹ ਨਤਰਾ ਤੋਂ ਇਸ ਤਰ੍ਹਾਂ ਦਾ, ਇਸ ਟਾਈਪ ਦੀ ਰੋਡ ਅਦੂਏ ਕੋਰਸੀ ਹੈ, ਦੋ ਕੋਰਸੀ ਨੇ, ਇਹ ਦੋ ਪੀ ਸੈਂਸ ਜਿਗਰਾਸ਼ੀਓ ਨੇ, ਔਰ ਦੋ ਪੀ ਸੈਂਸ ਜਿਗਰਾਸ਼ੀਓ ਨੇ, ਦੋ ਕੋਰਸੀਆਂ ਨੇ ਔਰ ਦੋ ਪੀ ਸੈਂਸ ਜਿਗਰਾਸ਼ੀਓ ਨੇ, ਯਾਨੀ ਕਿ ਇੱਕ ਕੋਰਸੀ ਜਾਣ ਵਾਲੀ ਹੋਵੇਗੀ, ਕਾਲ ਕੋਰਸੀ ਆਉਣ ਵਾਲੀ ਹੋਵੇਗੀ। ਇਨਕਵੀ ਕੌਨਸੈਂਤੀ ਤੋਂ ਸੁਰਪਾਸੋ ਸੁਰਪਾਸਾ ਰਹੇ ਮੋਟਰਸਾਈਕਲ, ਕਹਿੰਦੇ ਇੱਥੇ ਮੋਟਰਸਾਈਕਲ ਨੂੰ ਇਜਾਜ਼ਤ ਹੈ ਵੱਡੀ ਕਰਨ ਦੀ। ਦੇਖੋ ਕੁਰਵੇ ਦਾ ਕਤਨ ਇਜਾਜ਼ਤ ਨਹੀਂ ਹੈ, ਤੁਸੀਂ ਤੁਹਾਨੂੰ ਸੱਜੇ ਸਾਈਡ ਤੇ ਆਪਣੇ ਤੇ ਰਹਿਣਾ ਚਾਹੀਦਾ, ਠੀਕ ਹੈ। ਜੇ ਤੁਸੀਂ ਉਹਨੂੰ ਵੀ ਓਵਰਟੇਕ ਕਰੋ, ਖੱਬੀ ਸਾਈਡ ਤੋਂ ਹੋਵੇਗਾ, ਸੈਂਟਰ ਵਿੱਚ ਵੀ ਆਉਣਾ ਨਹੀਂ ਚਾਹੀਦਾ ਹੈ ਵੀ, ਠੀਕ ਹੈ, ਜਿੰਨਾ ਪੋਸੀਬਲ ਹੋ ਸੱਜੇ ਕਿਨਾਰੇ ਰਹੋ, ਇਸ ਕਰਕੇ ਗਲਤ ਕਰਨੇ ਪਏ। ਕਹਿੰਦੇ ਸੈਂਸਸ ਉੱਪਰ ਵਾਲਾ ਸਰੀਚਾ ਬਿਆਨ ਕਰਦੇ ਨੇ, ਕਹਿੰਦੇ ਬਿਨਾਂ ਟੱਪਿਆਂ ਜਿਹੜੀ ਵਾਈਟ ਲਾਈਨ ਹੈ ਨਾ ਕੰਟੀਨਿਊ ਹੁੰਦੀ ਸੈਂਟਰ ਵਾਲੀ ਕੁਰਸੀ ਨੇ ਖੇਡਣ ਵਾਲੀ, ਉਹਨੂੰ ਬਿਨਾਂ ਟੱਪਿਆਂ ਤੁਸੀਂ ਮੋਟਰਸਾਈਕਲ ਨੂੰ ਓਵਰਟੇਕ ਕਰ ਸਕਦੇ, ਨਹੀਂ ਕਰ ਸਕਦੇ, ਗਲਤ ਕਰਨੇ ਪਏ, ਠੀਕ ਹੈ। ਫਾਲਸ ਹੋ ਯਾਰ। 7 ਨੰਬਰ ਕੁਸ਼ਚਨ ਹੈ, ਕਹਿੰਦੇ ਪ੍ਰਿੰਦਲ ਸਿਨਿਆਰ ਦੇ ਫਿਗਰਾ ਤੋਂ ਸਿਗਨਲ, ਇਸ ਸਿਗਨਲ ਮਿਲਕੀ ਵਿੱਚ ਸਿੱਧੇ ਵਿੱਚ ਰੁਕਲਾਰੇ ਇਲ ਪਿਊ ਪੋਸੀਬਲ ਹੈ, ਤੁਸੀਂ ਚੱਲੋ ਜਿੰਨਾ ਜ਼ਿਆਦਾ ਪੋਸੀਬਲ ਹੈ, ਵਿੱਚ ਨਾ ਆਲਸ ਤਰੀਚਾ ਬੈਂਕਾ ਕੇ ਸੀ ਸੈਪੈਰਾ ਇਲ ਸੈਂਸ ਨਹੀਂ ਮਾਰਚੀਆ, ਕਹਿੰਦੇ ਜਿਤਨਾ ਜ਼ਿਆਦਾ ਪੋਸੀਬਲ ਹੋਇਆ, ਸਤਰੀਚੇ ਬੈਂਕ ਜਿਹੜੀ ਚਿੱਟੀ ਲਾਈਨ ਹੈ ਜਿਹੜੀ ਸੈਪਰੇਟ ਕਰਦਾ, ਸੈਪਰਾ ਇਲ ਸੈਂਸ ਦੀ ਮਾਰਚੀ ਆ, ਜਿਹੜਾ ਸੈਂਸੀ ਦੀ ਮਾਰਚੀ ਸੈਪਰੇਟ ਕਰਦਾ, ਸੈਂਸੀ ਮਾਰਚੀ ਯਾਨੀ ਕਿ ਇੱਕ ਜਾਣ ਵਾਲੀ ਕੁਰਸੀ ਆਉਣ ਵਾਲੀ ਕੁਰਸੀ ਨੂੰ ਖੇਡਦਾ ਵੇ, ਯਾਨੀ ਕਿ ਉਹ ਸੈਂਟਰ ਵਾਲੀ ਲਾਈਨ ਹੈ, ਕਹਿੰਦੇ ਜਿੰਨਾ ਜ਼ਿਆਦਾ ਪੋਸੀਬਲ ਉਹਦੇ ਨੇੜੇ, ਤੁਹਾਨੂੰ ਉਹਨੇ ਦੱਸਿਆ ਉਹਦੇ ਨੇੜੇ ਨਹੀਂ, ਸੱਜੇ ਕਿਨਾਰੇ ਦੇ ਨੇੜੇ ਆਉਣਾ ਚਾਹੀਦਾ, ਇਸ ਕਰਕੇ ਫਾਲਸ ਹੋਇਆ, ਸੈਂਟਰ ਵਿੱਚ ਵੀ ਨਹੀਂ ਤੁਸੀਂ ਚੱਲ ਸਕਦੇ, ਸੈਂਟਰ ਦੇ ਨੇੜੇ ਵੀ ਮੁਨਾਸਬ ਹੈ ਕਿ ਤੁਸੀਂ ਸੱਜੇ ਕਿਨਾਰੇ ਰਹੋ। 8 ਨੰਬਰ ਕੁਸ਼ਚਨ ਹੈ, ਸਨੈਰ ਫਿਗਰਾ ਤੋਂ ਪਰਨੂ ਚੌਨ ਉਤਰਾ ਤੋਂ ਇਸ ਤਰ੍ਹਾਂ ਦਾ, ਯਕੀਨਨ ਇਸ ਟਾਈਪ ਦੀ ਰੋਡ ਹੈ, ਇਨਕੁਈ ਇਕੋਨਸੰਤੀ ਤੋਲਾ ਫੇਰ ਫਰਵੇਰ, ਇਨਕੁਈ ਇਕੋਨਸੰਤੀ ਤੋਲਾ ਫੇਰ ਮਾਤਾ, ਕਹਿੰਦੇ ਇੱਥੇ ਫੇਰ ਮਾਤਾ ਕਰਨ ਦੀ ਇਜਾਜ਼ਤ ਹੈ, ਮਨ ਨੋਨ ਲਾ ਸੋਸਤਾ, ਲੇਕਿਨ ਸੋਸਤਾ ਕਰਨ ਦੀ ਇਜਾਜ਼ਤ ਨਹੀਂ ਹੈ ਵੀ। ਦੇਖੋ ਕੁਰਵੇ ਦੇ ਨੇੜੇ ਨਾ ਤੁਹਾਨੂੰ ਫੇਰ ਮਾਤਾ ਕਰਨ ਦੀ ਇਜਾਜ਼ਤ ਹੈ, ਨਾ ਤੁਹਾਨੂੰ ਸੋਸਤਾ ਕਰਨ ਦੀ ਇਜਾਜ਼ਤ ਹੈ, ਕਹਿੰਦੇ ਇਨਕੁਈ ਇਕੋਨਸੰਤੀ ਤੋਂ ਫੇਰ ਮਾਤਾ ਕਰਨ ਦੀ ਇਜਾਜ਼ਤ ਹੈ, ਮਾਂ ਲੇਕਿਨ ਨੋਨ ਲਾ ਸੋਸਤਾ, ਲੇਕਿਨ ਸੋਸਤਾ ਕਰਨ ਦੀ ਇਜਾਜ਼ਤ ਨਹੀਂ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦੋ ਵੀ ਚੀਜ਼ਾਂ ਗਲਤ ਨੇ, ਕੁਰਵੇ ਦੇ ਨੇੜੇ ਤੁਸੀਂ ਨਾ ਯੂਟਰਨ ਲੈ ਸਕਦੇ ਹੋ, ਨਾ ਤੁਸੀਂ ਸੁਰ ਪਾਸੋਂ ਕਰ ਸਕਦੇ ਹੋ, ਨਾ ਤੁਸੀਂ ਯੂਟਰਨ ਰਿਵਰਸ ਲੈ ਸਕਦੇ ਹੋ, ਨਾ ਤੁਸੀਂ ਫੇਰ ਮਾਤਾ ਕਰ ਸਕਦੇ ਹੋ, ਨਾ ਤੁਸੀਂ ਸੋਸਤਾ ਕਰ ਸਕਦੇ ਹੋ, ਠੀਕ ਹੈ, ਇਸ ਕਰਕੇ ਗਲਤ ਕਹਿੰਦੇ ਪਏ ਫੇਰ ਮਾਤਾ ਕਰ ਸਕਦੇ ਹੋ। ਨੋਨਪਰ ਕੁਸ਼ਚਨ, ਸਿਨੈਰ ਫਿਗਰਾ ਤੋਂ ਪਰਨੂ ਚੌਨ ਉਤਰਾ ਤੋਂ ਸਰਾਹ ਦਾ, ਯਕੀਨਨ ਇਸ ਟਾਈਪ ਦੀ ਰੋਡ ਹੈ, ਇਨਕੁਈ ਕੌਨਸੈਂਤੀ ਤੋਂ ਸੁਰਪਾ ਸਾਰੇ ਮੋਟਰਸਾਈਕਲੀ ਅਤੇ ਇਜਾਜ਼ਤ ਹੈ ਮੋਟਰਸਾਈਕਲ ਨੂੰ ਓਵਰਟੇਕ ਕਰਨਾ, ਅਨ ਕੇ ਇਨ ਵਦੈਂਦੋ ਲਾ ਕੋਰਸੀਆ ਪੋਸਤਾ, ਕਹਿੰਦੇ ਤੁਹਾਨੂੰ ਮੋਟਰਸਾਈਕਲ ਨੂੰ ਓਵਰਟੇਕ ਕਰਨ ਦੀ ਇਜਾਜ਼ਤ ਹੈ, ਭਾਵੇਂ ਤੁਹਾਨੂੰ ਅਪੋਜ਼ਿਟ ਸਾਈਡ ਦੀ ਕੋਰਸੀਆ ਦੇ ਵੀ ਨੂੰ ਵੀ ਇੰਟਰਫੇਅਰ ਜਾਂ ਉਹਦੇ ਤੋਂ ਅਕੋਪਾਈਡ ਵੀ ਕਰਨਾ ਪਵੇ ਤਾਂ ਕਹਿੰਦੇ ਇਜਾਜ਼ਤ ਹੈ, ਗਲਤ ਕਹਿੰਦੇ ਪਏ, ਅਪੋਜ਼ਿਟ ਸਾਈਡ ਨੂੰ ਕੋਰਸੀਆ ਨੂੰ ਤੁਸੀਂ ਟੱਚ ਵੀ ਕਰ ਸਕਦੇ ਹੈ ਵੀ, ਇਸ ਕਰਕੇ ਕਿਉਂਕਿ ਕੋਰਵਾ ਹੋਵੇ 200 ਹੋਵੇ, ਚੌਂਕ ਹੋਵੇ, ਅਪੋਜ਼ਿਟ ਸਾਈਡ ਦੀ ਕੋਰਸੀ ਦੇਣੀ ਚਾਹੀਦਾ ਹੈ ਵੀ, ਫਾਲਸ ਹੋਇਆ, ਠੀਕ ਹੈ। 10 ਨੰਬਰ ਸਿਨੇਰੀ ਵਿਗਰਾ ਤੋਂ ਪਰਨੂ ਚੌਂਕ ਉਤਰਾ ਤੋਂ ਸਰਾਹ ਦਾ, ਯਕੀਨ ਇਸ ਟਾਈਪ ਦੀ ਰੋਡ ਹੈ, ਇਨਕੁਈ ਕੌਨਸੰਦੀ ਤੋਂ ਐਫੀਤਵਾਰ ਇਨਵਰਸ਼ੀਓ ਦੀ ਮਰਜ਼ੀ ਹੈ, ਇੱਥੇ ਇਜਾਜ਼ਤ ਹੈ, ਕਹਿੰਦੇ ਨੇ ਇਨਕੁਈ ਇੱਥੇ ਕੌਨਸੰਦੀ ਤੋਂ ਇਜਾਜ਼ਤ ਹੈ ਐਫੀਤਵਾਰ ਕਰਨਾ ਇਨਵਰਸ਼ੀਓ ਦੀ ਮਰਜ਼ੀ, ਇਨਵਰਸ਼ੀਓ ਮਰਜ਼ੀ ਉਹਦਾ ਯੂਟਰਨ ਲੈਣਾ, ਕਹਿੰਦੇ ਇੱਥੇ ਯੂਟਰਨ ਲੈਣ ਦੀ ਇਜਾਜ਼ਤ ਹੈ, ਤੁਹਾਨੂੰ ਹੁਣ ਦੱਸਿਆ ਮੈਂ ਯੂਟਰਨ ਲੈਣ ਦੀ ਇਜਾਜ਼ਤ ਨਹੀਂ ਹੈ, ਰਿਤਰੋ ਮਾਰਜ ਰਿਵਰਸ ਲੈਣ ਜਾਣ ਦੀ ਵੀ ਇਜਾਜ਼ਤ ਨਹੀਂ ਹੈ ਵੀ। ਅਗਲਾ ਕੁਸ਼ਚਨ ਹੋ ਜਾ ਗਿਆ, ਕਹਿੰਦੇ ਇਨ ਸਿਨਿਆਰ ਦੇ ਫਿਗਰਾ ਤੋਂ ਪੈਨੂ ਚਾ ਹੁਣ ਉਤਰਾ ਤੋਂ ਇਸ ਤਰ੍ਹਾਂ ਦਾ, ਇਸ ਸਿਗਨਲ ਮਿਊਜ਼ਿਕ ਵਿੱਚ ਯਕੀਨ ਨਹੀਂ ਕਿਸ ਟਾਈਪ ਦੀ ਰੋਡ ਹੈ, ਇਨਕੁਈ ਕੌਨਸੰਦੀ ਦਾ ਇਜਾਜ਼ਤ ਹੈ ਐਫੀਤਵਾਰ ਮਨੋਵਰ ਦੀ ਰਿਤਰੋ ਮਾਰਚਿਆ, ਕਹਿੰਦੇ ਇੱਥੇ ਇਜਾਜ਼ਤ ਹੈ ਤੁਹਾਨੂੰ, ਤੁਸੀਂ ਕਰ ਸਕਦੇ ਹੋ ਮਨੋਵਰ ਦੀ ਰਿਤਰੋ ਮਾਰਚਿਆ, ਰਿਵਰਸ ਲੈ ਕੇ ਗੱਡੀ ਜਾ ਸਕਦੇ ਹੋ, ਮੈਂ ਹੁਣ ਤੁਹਾਨੂੰ ਦੱਸਿਆ ਕਿ ਨਹੀਂ ਜਾ ਸਕਦੇ, ਨਾ ਨਰਚੀ ਨੇ ਮਾਰਚਿਆ, ਨਾ ਯੂਟਰਨ, ਨਾ ਸੁਰ ਪਾਸੋਂ ਕੋਈ ਚੀਜ਼ ਨਹੀਂ ਕਰ ਸਕਦੇ, ਗਲਤ ਹੋਇਆ, ਫਾਲਸ ਹੋਏ ਵੀ। ਅੱਗੇ ਕਹਿੰਦੇ ਨੇ ਸਿਨਿਆਰ ਵਿਗਰਾਹ ਤੋਂ ਪਿਰਨੂ ਚੌਨ ਉਤਰਾ ਤੋਂ ਦੀ ਸਰਾਹ ਦਾ, ਯਕੀਨਨ ਇਸ ਟਾਈਪ ਦੀ ਰੋਡ ਹੈ, ਇਨਕੁਈ ਕੌਨਸੰਤੀ ਤੋਂ ਸੁਰਪਾ ਸਾਰੇ ਮੋਟਰਸਾਈਕਲੀ, ਇੱਥੇ ਮੋਟਰਸਾਈਕਲ ਨੂੰ ਇਜਾਜ਼ਤ ਹੈ ਓਵਰਟੇਕ ਕਰਨ ਦੀ, ਅਨ ਕੇ ਸੁਪਰਾਂਦੋ ਦੀ ਪੋਕੀ ਪੋਕਾ ਲਾ ਸਟਰੀਚਾ ਬੈਂਕਾ ਕੰਟੀਨਿਊ, ਭਾਵੇਂ ਤੁਹਾਨੂੰ ਥੋੜ੍ਹਾ ਜਿੰਨਾ ਕੰਟੀਨਿਊ ਲਾਈਨ ਅਕੂਪਾਰ ਸੁਪਰਾਂਦੋ ਯਾਨੀ ਕਿ ਉਹਨੂੰ ਟੱਪਣਾ ਵੀ ਪਵੇ,
ਗਲਤ ਕਹਿੰਦੇ ਵੇ, ਤੁਸੀਂ ਜਿਹੜੀ ਕੰਟੀਨਿਊ ਲਾਈਨ ਹੈ ਉਹਨੂੰ ਟੱਪਣੇ ਦੂਰ ਦੀ ਗੱਲ, ਉਹਨੂੰ ਟੱਚ ਵੀ ਨਹੀਂ ਕਰ ਸਕਦੇ, ਤੁਸੀਂ ਆਪਣੇ ਸੱਜੇ ਪਰਲੇ ਰਹਿਣਾ ਕਿਉਂਕਿ ਖਤਰਨਾਕ ਗੁਰੂ ਹੈ, ਪੀੜਾ ਗੁਰੂ ਹੈ, ਠੀਕ ਹੈ, ਇਸ ਕਰਕੇ। ਅੱਗੇ ਆ ਜਾਓ, ਖੁਰਵਾ ਪੈ ਗਲੋ ਤਾਂ ਸਿਰ ਖੱਬੇ ਵਾਲੇ ਪਲੇ ਆ ਗਿਆ, ਠੀਕ ਹੈ ਹੁਣ।